ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ, ਜਿਹਦੇ ਵਿੱਚ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਨਿਊਜ਼ ਅਪਡੇਟ, ਸਪੈਸ਼ਲ ਸਟੋਰੀਜ਼, ਲਾਈਵ ਕਨਸਰਟ ਤੇ ਇਦਾਂ ਦੀਆਂ ਹੋਰ ਵੀ ਗਤੀਵਿਧੀਆਂ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ। ਨੀਚੇ ਦਿੱਤੇ ਹੋਏ ਸਬਸਕ੍ਰਾਈਬ ਐਂਡ ਬੈਲ ਦੀ ਆਪਸ਼ਨ ਤੇ ਕਲਿੱਕ ਕਰੋ ਤਾਂ ਕਿ ਅਸੀਂ ਸਾਡੀਆਂ ਲੇਟੈਸਟ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ। ਪਠਾਨਕੋਟ ਦੇ ਅੰਗੂਰਾਂ ਵਾਲੇ ਬਾਗ ਮੁਹੱਲੇ 'ਚ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਦੋ ਧਿਰਾਂ ਵੱਲੋਂ ਇੱਕ ਦੂਜੇ ਤੇ ਭਾਰੀ ਪਥਰਾਵ ਕੀਤਾ ਗਿਆ, ਜਿਸ ਬਾਰੇ ਜਾਣਕਾਰੀ ਦਿੰਦਿਆਂ ਲੱਕੀ ਸਿੰਘ ਨੇ ਦੱਸਿਆ ਕਿ ਉਹ ਅਤੇ ਉਸ ਦੀ ਮਾਂ ਕਿਸੇ ਕੰਮ ਲਈ ਜਾ ਰਹੇ ਸਨ ਕਿ ਅਚਾਨਕ ਕਿਸੇ ਗੱਲ ਨੂੰ ਲੈ ਕੇ ਮੁਹੱਲੇ ਦੇ ਹੀ ਲੜਕੇ ਨਾਲ ਉਸ ਦਾ ਝਗੜਾ ਹੋ ਗਿਆ ਅਤੇ ਦੂਜੀ ਧਿਰ ਵੱਲੋਂ ਉਹਨਾਂ ਦੇ ਘਰ ਤੇ ਪੱਥਰਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਸੀਗਾ ਮੋਟਰਸਾਈਕਲ ਤੇ ਜਾਇਆ ਕਰਦੇ ਸੀਗੇ ਤੇ ਐਕਸੀਡੈਂਟ ਮਾਸਾ ਮੋਟਰਸਾਈਕਲ ਲੱਗਿਆ ਨਾਲ ਜਨਾਨੀ ਬੰਦਾ ਜਾਇਆ ਕਰਦੇ ਸੀ, ਉਹ ਸਾਡੇ ਹੱਥੀਂ ਪੈ ਗਏ ਆ, ਦਵਾਈ ਲੈਣ ਜਾ ਰਹੇ ਸੀਗੇ ਮੈਂ ਤੇ ਮੰਮੀ। ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਬਹੁਤ ਮਾਰਿਆ ਮੁਰਿਆ, ਜਿੱਦਾਂ ਕਿ ਪਰ ਅਸੀਂ ਆ ਗਏ ਘਰੇ ਆ, ਸਿਵਲ ਹੋਸਪਿਟਲ ਚਲੇ ਗਏ ਘਰ ਦੇ ਸੀਗੇ ਇੱਥੇ ਘਰ, ਬਾਕੀ ਇਹਨਾਂ ਨੇ ਪੱਥਰ ਰੋੜੇ ਕਿਰਪਾਨਾਂ ਵਗੈਰਾ ਬਹੁਤ ਚਲਾਈਆਂ। ਸੁੰਦਰ ਨਗਰ ਦੇ ਬੰਦੇ ਆ, ਸ਼ਸ਼ੀ ਮੁੰਡੇ ਦਾ ਨਾਮ ਹੈ, ਗੁਲਾਬੂ ਦੇ ਘਰ ਮੈਡੀਕਲ ਕਰਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸੁਣਾਈ ਸੀ ਸਾਨੂੰ ਕਿ ਮਲਕੀਤ ਸਿੰਘ ਸਾਨੂੰ ਗੁਰਵੀਰ ਸਿੰਘ ਗੁਰਾਲਾ ਬਾਗ ਤੇ ਦੂਸਰੀ ਤਰਫ ਤੋਂ ਨਿਸ਼ਾ ਗੁਰਾਲਾ ਬਾਗ, ਇਹਨਾਂ ਦੋਨਾਂ ਪਰਿਵਾਰਾਂ ਦਾ ਆਪਸ ਵਿੱਚ ਝਗੜਾ ਹੋਇਆ। ਝਗੜਾ ਕੋਈ ਇਹਨਾਂ ਦਾ ਆਪਸ ਵਿੱਚ ਮਾਮੂਲੀ ਗੱਲ ਤੋਂ ਹੀ ਹੈ ਵੀ ਇੱਕ ਦੂਸਰੇ ਨੂੰ ਘੂਰੀਆਂ ਵੱਟਣਾ ਜਾਂ ਮੋਟਰਸਾਈਕਲ 'ਤੇ ਖੜਾ ਕਰ ਦੇਣਾ ਜਾਂ ਸਾਈਡ ਵੱਜ ਗਈ, ਮਾਮੂਲੀ ਗੱਲ ਤੋਂ ਇਹਨਾਂ ਦੋਨੋਂ ਪਾਰਟੀਆਂ ਦਾ ਆਪਸ ਵਿੱਚ ਝਗੜਾ ਹੋਇਆ, ਜਿਸ ਕਾਰਨ ਇਹਨਾਂ ਦਾ ਆਪਸ ਵਿੱਚ ਇਹ ਵੀ ਪਤਾ ਚੱਲਿਆ ਕਿ ਇੱਟਾਂ ਰੋਲਾ ਵੀ ਚੱਲਿਆ ਅਤੇ ਮੈਡੀਕਲ ਸਾਡੇ ਕੋਲ ਆ ਗਏ ਨੇ ਅਤੇ ਇਸ ਹੀ ਰਾਮ ਲਾਲ ਤੀ ਸ਼ਿਫਟ ਡਿਊਟੀ ਲਾਈ ਗਈ ਹੈ, ਜੋ ਇਹਨਾਂ ਦਾ ਬਿਆਨ ਕਰਮਤ ਕਰ ਰਿਹਾ ਅਤੇ ਜੋ ਮੈਡੀਕਲ ਦੇ ਅਨੁਸਾਰ ਜੋ ਕਾਨੂੰਨੀ ਕਾਰਵਾਈ ਬਣਦੀ ਹੋਏਗੀ ਉਹ ਅਸੀਂ ਜਲਦੀ ਤੋਂ ਜਲਦੀ ਪਹੁੰਚ ਲਿਆ ਕੇ ਆਪਣੀ ਕਾਰਵਾਈ। ਦੱਸ ਦਈਏ ਕਿ ਇਹ ਸਾਰੀ ਘਟਨਾ ਕਿਸੇ ਵਿਅਕਤੀ ਨੇ ਆਪਣੇ ਫੋਨ ਦੇ ਕੈਮਰੇ 'ਚ ਕੈਦ ਕਰ ਲਈ ਸੀ ਅਤੇ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਦੋਹਾਂ ਧਿਰਾਂ ਵੱਲੋਂ ਇੱਕ ਦੂਜੇ ਤੇ ਪੱਥਰਬਾਜ਼ੀ ਕੀਤੀ ਜਾ ਰਹੀ ਹੈ। ਪਠਾਨਕੋਟ ਤੋਂ ਲਵਪ੍ਰੀਤ ਸਿੰਘ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ, ਜਿਹਦੇ ਵਿੱਚ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਨਿਊਜ਼ ਅਪਡੇਟ, ਸਪੈਸ਼ਲ ਸਟੋਰੀਜ਼, ਲਾਈਵ ਕਨਸਰਟ ਤੇ ਇਦਾਂ ਦੀਆਂ ਹੋਰ ਵੀ ਗਤੀਵਿਧੀਆਂ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ। ਨੀਚੇ ਦਿੱਤੇ ਹੋਏ ਸਬਸਕ੍ਰਾਈਬ ਐਂਡ ਬੈਲ ਦੀ ਆਪਸ਼ਨ ਤੇ ਕਲਿੱਕ ਕਰੋ ਤਾਂ ਕਿ ਅਸੀਂ ਸਾਡੀਆਂ ਲੇਟੈਸਟ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ।